ਇਹ ਵਧੀਆ ਗੇਂਦ ਬਣਾਉਣ ਲਈ ਤੁਹਾਨੂੰ 24 ਇੱਕੋ ਜਿਹੀਆਂ ਇਕਾਈਆਂ ਦੀ ਜ਼ਰੂਰਤ ਹੈ। ਇਹ ਇਕਾਈਆਂ ਬਣਾਉਣ ਲਈ ਤੁਹਾਨੂੰ 8 ਸੈਂਟੀਮੀਟਰ ਸਾਈਜ਼ ਦਾ ਚਕੌਰ ਚਾਹੀਦਾ ਹੈ। ਪਹਿਲਾਂ ਇਸ ਉੱਤੇ ਮਲਟੀਪਲੀਕੇਸ਼ਨ ਦੇ ਸਾਈਨ ਵਿੱਚ ਫੋਲਡ ਕਰੋ, ਫਿਰ ਕਾਗਜ਼ ਨੂੰ ਖੋਲ੍ਹੋ ਅਤੇ ਜਮ੍ਹਾਂ ਦੇ ਸਾਈਨ ਭਾਵ ਪਲੱਸ ਦੇ ਸਾਈਨ ਦੇ ਵਿੱਚ ਫੋਲਡ ਕਰੋ। ਫੋਲਡ ਖੋਲ੍ਹੋ ਅਤੇ ਚਾਰੋਂ ਕੋਨਿਆਂ ਨੂੰ ਵਿਚਕਾਰਲੇ ਪਾਸੇ ਫੋਲਡ ਕਰਕੇ ਇੱਕ ਲਿਫਾਫਾ ਬਣਾਓ। ਖੋਲ੍ਹ ਕੇ ਚਾਰੇ ਵਿਚਕਾਰਲੀਆਂ ਲਾਈਨਾਂ ਨੂੰ ਫੋਲਡ ਕਰੋ। ਹੁਣ ਡਬਲ ਕਿਸ਼ਤੀ ਨੂੰ ਫੋਲਡ ਕਰੋ। ਹੁਣ ਚਾਰੋਂ ਕੋਨਿਆਂ ਨੂੰ ਉੱਪਰ ਚੱਕੋ ਅਤੇ ਚਕੌਰ ਬਣਾਉਣ ਲਈ ਦਬਾ ਦਿਓ। ਕਾਗਜ਼ ਨੂੰ ਉੱਪਰਲੇ ਪਾਸੇ ਮੋੜੋ ਅਤੇ ਸਿਰਫ ਉੱਪਰਲੀ ਪਰਤ ਨੂੰ ਫੋਲਡ ਕਰੋ ਅਤੇ ਚਾਰੋਂ ਕੋਨਿਆਂ ਨੂੰ ਵਿਚਕਾਰਲੇ ਪਾਸੇ ਮੋੜੋ। ਹੁਣ ਚਾਰੇ ਪੈਟਲਸ ਨੂੰ ਖੋਲ੍ਹੋ ਅਤੇ ਆਪਣੀ ਚਾਰ ਉਂਗਲਾਂ ਅੰਦਰ ਪਾ ਕੇ ਇੱਕ ਇਕਾਈ ਨੂੰ ਪੂਰਾ ਕਰੋ। ਤੁਹਾਨੂੰ ਗੇਂਦ ਨੂੰ ਪੂਰਾ ਕਰਨ ਲਈ 24 ਅਜਿਹੀਆਂ ਰੰਗ ਬਿਰੰਗੀਆਂ ਇਕਾਈਆਂ ਦੀ ਲੋੜ ਪਵੇਗੀ। ਇਹ ਇਕਾਈਆਂ ਲਓ ਅਤੇ ਇੱਕ ਨੂੰ ਪੈਟਲ ਨੂੰ ਦੂਜੇ ਦੀ ਪੋਕਟ ਵਿੱਚ ਫਸਾਓ। ਇਸੇ ਤਰ੍ਹਾਂ ਤੀਜੀ ਇਕਾਈ ਨੂੰ ਵੀ ਜੋੜੋ। ਇਸੇ ਤਰ੍ਹਾਂ ਤੁਸੀਂ ਸਾਰੀਆਂ ਇਕਾਈਆਂ ਨੂੰ ਆਪਸ ਵਿੱਚ ਜੋੜ ਦਿਓ। ਇਹ ਸੋਹਣੇ 24 ਇਕਾਈਆਂ ਦੀ ਮੋਡੂਲਰ ਗੇਂਦ ਬਣਾਉਣ ਲਈ ਕਿਸੇ ਗੂੰਦ ਦੀ ਜ਼ਰੂਰਤ ਨਹੀਂ।